आम आदमी पार्टी के पंजाब के संयोजक डॉक्टर बलबीर सिंह की ओर से सुखपाल खेरा को नेता प्रतिपक्ष से हटाने के पीछे विधायक सिमरजीत सिंह बैंस को जिम्मेदार ठहराया गया था। वहीं इस पर पूछे गए सवाल के जवाब में विधायक सिमरजीत सिंह बैंस की ओर से तंज कसते हुए आम आदमी पार्टी लीडर को पप्पू तक बता दिया तथा कहा कि वे ऐसे व्यक्ति का कोई जवाब नहीं देना चाहते जो कि हाईकमांड के इशारों पर नाचता है। वहीं उन्होंने सुखपाल खेरा की तारीफ करते हुए कहा कि सुखपाल खेरा जितनी देर विपक्ष के नेता पद पर रहे बहुत ईमानदारी से काम किया। डॉक्टर बलबीर सिंह ते जिहड़े नवें लाए सत्कारयोग MLA चीमा साहब वो अपना सोशल मीडिया अकाउंट चैक कर लेना। मेरे दोस्त मैनूं भेजदे आ कि उन्हां दे सोशल मीडिया अकाउंट दे उत्ते आवाज़े खलक नगाड़ा है खुदा लोग की बोल रहे आ। मैं नहीं कुछ भी इहदे ते लिखिया, मैनूं तां स्क्रीनशॉट भेजे आ। लोकां दा ओपीनियन की है, लोग की चाहुंदे आ, लोग की कहिंदे आ। डॉक्टर बलबीर मेरे वास्ते, खैरा वास्ते, दूजिआं वास्ते की बोलदा कोई माना नहीं रखदा। सो उहदी गल दा कोई जवाब नहीं। गल किसी उस बंदे दी दा जवाब हुंदा जिहड़ा किसी कदबुद्ध दा होवे। आ लोग जवाब दे रहे कि उन्होंने कीतियां अपनियां कारनामियां दा लोगों के उत्ते प्रभाव की। मैं कदों कहना मेरा पार्टी नाल लैणा देणा जदों विक्रम मजीठिया जिहदे वास्ते अरविंद केजरीवाल जी हर स्टेज के उत्ते कहिंदे सी वोटां तों पहलां हम इसको गले से पकड़ के, कॉलर से पकड़ के घसीटते हुए जेल में फेंक के आएंगे, उही विक्रम मजीठिया साफ सुथरा किवें हो गया? ਉਹੀ ਵਿਕਰਮ ਮਜੀਠੀਆ ਨੂੰ ਕਲੀਨ ਚਿੱਟ ਦਿੰਦੇ ਹੋਏ ਮਾਫ਼ੀ ਕਿਵੇਂ ਮੰਗੀ ਗਈ? ਮੇਰਾ ਕਦੋਂ ਦਾ ਉਹਨਾਂ ਨਾਲ ਕੋਈ, ਮੈਂ ਤੁਹਾਨੂੰ ਕਦੋਂ ਕਹਿੰਦਾ ਵੀ ਮੇਰਾ ਆਮ ਆਦਮੀ ਪਾਰਟੀ ਨਾਲ ਕੋਈ ਰਿਲੇਸ਼ਨ ਆ? ਮੇਰਾ ਕੋਈ ਰਿਲੇਸ਼ਨ ਨਹੀਂ। ਮੈਂ ਖੁਦ ਆਮ ਆਦਮੀ ਪਾਰਟੀ ਨਾਲੋਂ ਗੱਠਜੋੜ ਤੋੜਿਆ ਜਦੋਂ ਕੇਜਰੀਵਾਲ ਸਾਹਿਬ ਨੇ ਵਿਕਰਮ ਮਜੀਠੀਆ ਤੋਂ ਕਲੀਨ ਚਿੱਟ ਦਿੰਦੇ ਹੋਏ ਮਾਫ਼ੀ ਮੰਗੀ ਹੈ। ਮੇਰਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਰਾਬਤਾ, ਕੋਈ ਲੈਣ ਦੇਣ। ਖਹਿਰਾ ਸਾਹਿਬ, ਮੈਂ ਹਰ ਉਸ ਲੀਡਰ ਦਾ ਸਤਿਕਾਰ ਕਰਦਾ ਜਿਹੜਾ ਕਿਸੇ ਵੀ ਪਾਰਟੀ ਦੇ ਵਿੱਚ ਬੈਠਾ ਇਮਾਨਦਾਰੀ ਦੇ ਨਾਲ ਸੂਬੇ ਦੀ ਅਤੇ ਲੋਕਾਂ ਦੀ ਸੇਵਾ ਕਰ ਰਿਹਾ। ਸੁਖਪਾਲ ਖਹਿਰਾ ਉਹ ਪਰਸਨੈਲਿਟੀ ਆ, ਉਹ ਸ਼ਖਸੀਅਤ ਆ ਜਿਹਨੇ 10 ਸਾਲ ਕਾਂਗਰਸ ਦਾ ਅਪੋਜੀਸ਼ਨ ਦਾ ਅਤੇ ਚੰਦ ਮਹੀਨੇ ਸੁਖਪਾਲ ਖਹਿਰਾ ਦੀ ਅਪੋਜੀਸ਼ਨ ਦੇ, ਉਹ ਫਰਕ ਦੱਸ ਕੇ ਗਿਆ ਵੀ ਅਪੋਜੀਸ਼ਨ ਲੀਡਰ ਦੀ ਡਿਊਟੀ ਕੀ ਹੁੰਦੀ ਆ। ਸੁਨਹਿਰੇ ਅੱਖਰਾਂ ਦੇ ਵਿੱਚ ਇਤਿਹਾਸ ਦੇ ਅੰਦਰ ਲਿਖ ਕੇ ਗਿਆ ਕਿ ਜੇ ਇਮਾਨਦਾਰ ਹੋਵੇ ਵਿਰੋਧੀ ਧਿਰ ਦਾ ਆਗੂ ਤਾਂ ਫਿਰ ਉਹ ਸਟੇਟ ਦਾ ਪੱਖ ਕਿਵੇਂ ਰੱਖ ਸਕਦਾ ਅਤੇ ਕਿਵੇਂ ਸਮੇਂ ਦੀਆਂ ਹਕੂਮਤਾਂ ਨੂੰ, ਜਿਹਦੀ ਵੱਡੀ ਮਿਸਾਲ ਰਾਣਾ ਗੁਰਜੀਤ ਪਈ ਹੈ, ਜਿਵੇਂ ਦੁੱਧ 'ਚੋਂ ਮੱਖੀ ਕੱਢ ਕੇ ਬਾਹਰ ਮਾਰੀ ਦੀ ਆ, ਇਉਂ ਬਾਹਰ ਕੱਢਣਾ ਪਿਆ ਨਾ ਕਾਂਗਰਸ ਹਾਈਕਮਾਂਡ ਨੂੰ ਡਿਊ ਟੂ ਵਿਰੋਧੀ ਧਿਰ ਆਗੂ ਦੀ ਡਿਊਟੀ ਅਤੇ ਜ਼ਿੰਮੇਵਾਰੀ ਨਾਲ ਰੋਲ ਜਿਹੜਾ ਸੀ ਉਹਦੇ ਕਰਕੇ। ਤੁਸੀਂ ਮੇਰੀ ਗੱਲ ਨਹੀਂ ਸਮਝੇ, ਹੁਣ ਤੁਸੀਂ ਫਿਰ ਸਵਾਲ ਆਮ ਆਦਮੀ ਪਾਰਟੀ ਦਾ ਮੈਨੂੰ ਪੁੱਛਣ ਲੱਗ ਗਏ। ਤੁਸੀਂ ਪਹਿਲਾ ਸਵਾਲ ਪੁੱਛ ਕੇ ਹਟੇ ਹੋ ਵੀ ਆਮ ਆਦਮੀ ਪਾਰਟੀ, ਮੈਂ ਤੁਹਾਨੂੰ ਦੱਸਤਾ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਮਾਫ਼ੀ ਆ ਉਹ ਪੰਜਾਬੀਆਂ ਦੇ ਗਲੇ ਨਹੀਂ ਉਤਰੀ, ਅਸੀਂ ਗੱਠਜੋੜ ਤੋੜ ਲਿਆ। ਹੁਣ ਤੁਸੀਂ ਪੁੱਛਦੇ ਹੋ ਵੀ ਪ੍ਰੈਸ਼ਰ ਹੈਗਾ ਨਹੀਂ ਹੈਗਾ, ਇਹ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ। ਕੈਪਟਨ ਅਮਰਿੰਦਰ ਸਿੰਘ ਆਦਤ ਦਾ ਹਿੱਸਾ ਉਹਨਾਂ ਦੀ ਦਾ, ਕਿਉਂਕਿ ਉਹ ਅਕਸਰ ਹੀ ਇੱਦਾਂ ਕਰਦੇ ਆ ਕਿ ਉਹਨਾਂ ਦੇ ਵੱਡੇ ਵੱਡੇ ਇਸ਼ਤਿਹਾਰ TV ਦੇ ਉੱਤੇ ਇਸ਼ਤਿਹਾਰ, ਕਿਉਂਕਿ ਉਹ ਪੈਸੇ ਕਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਜਾਣੇ, ਉਹ ਤਾਂ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤੇ ਆ, ਉਹ ਟੈਕਸਾਂ ਦਾ ਧਨ ਜਿਹੜਾ ਅਖਬਾਰਾਂ ਨੂੰ ਦੇਤਾ, TV ਵਾਲਿਆਂ ਨੂੰ ਦੇਤਾ ਕਿ ਕੈਪਟਨ ਸਾਹਿਬ ਫਲਾਨੇ ਜ਼ਿਲ੍ਹੇ 'ਚ ਫਲਾਨੇ ਦਿਨ ਫਲਾਨੀ ਤਰੀਕ 9 ਵਜੇ ਆ ਰਹੇ ਆ। ਕੈਪਟਨ ਅਮਰਿੰਦਰ ਸਿੰਘ ਪਹੁੰਚਦੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਸਮਾਂ ਬੜਾ ਘੱਟ ਆ। ਉਹਨਾਂ ਦੇ ਕੋਲ ਸਮਾਂ ਵਿਦੇਸ਼ੀ ਮਹਿਮਾਨਾਂ ਵਾਸਤੇ, ਹੁਸੀਨਬਾਦੀਆਂ ਦੇ ਵਿੱਚ, ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਨਾਲ ਕੀ ਪਿਆ, ਪੰਜਾਬ ਦਾ ਖਜ਼ਾਨਾ ਅਖਬਾਰਾਂ ਵਾਲਿਆਂ ਨੂੰ ਦੇਈ ਚਲੋ, TV ਵਾਲਿਆਂ ਨੂੰ ਦੇਈ ਚਲੋ, ਹੋਰ ਇੱਧਰ ਉੱਧਰ ਖਰਚੀ ਚਲੋ, ਉਹਨਾਂ ਨੇ ਪੰਜਾਬ ਤੋਂ ਕੀ ਲੈਣਾ? ਸੋ ਇਹ ਬਹੁਤ ਨਿੰਦਣਯੋਗ ਕੈਪਟਨ ਅਮਰਿੰਦਰ ਸਿੰਘ ਦਾ ਕਾਰਨਾਮਾ ਕਿ ਅਖਬਾਰਾਂ ਦੇ ਵਿੱਚ ਕਰੋੜਾਂ ਦੇ ਇਸ਼ਤਿਹਾਰ ਦਿੱਤੇ ਹੋਣ ਅਤੇ ਕੈਪਟਨ ਅਮਰਿੰਦਰ ਸਿੰਘ ਉਸ ਵੈਨਿਊ ਉਸ ਪ੍ਰੋਗਰਾਮ 'ਤੇ ਜਾਣਾ। ਇੰਪਰੂਵਮੈਂਟ ਟਰੱਸਟ ਨੂੰ ਕੇਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੂੰ ਬਰੀ ਨਹੀਂ ਕਹਾਂਗੇ। ਬਰੀ ਕੋਰਟ ਨੇ ਨਹੀਂ, ਬਰੀ ਕੀਤਾ ਵਿਜੀਲੈਂਸ ਨੇ। ਉਹ ਵਿਜੀਲੈਂਸ ਜਿਹੜੀ ਬਾਦਲਾਂ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ 50-50 ਕਿਲੋ ਦੀ ਚਲਾਨ ਰਿਪੋਰਟ ਦੇ ਕੇ ਗਈ, ਅਤੇ ਅੱਜ ਉਹੀ ਵਿਜੀਲੈਂਸ ਬਾਦਲਾਂ ਦੇ ਨਾਲ ਗੁਪਤ ਸੰਧੀ ਹੋ ਗਈ। 2016 ਦੇ ਵਿੱਚ ਬਾਦਲਾਂ ਦੇ ਆਖਰੀ ਦਿਨਾਂ ਦੇ ਅੰਦਰ, ਸਰਕਾਰ ਦੇ ਆਖਰੀ ਦਿਨਾਂ ਦੇ ਅੰਦਰ ਕੇਸ ਢਹਿ ਢੇਰੀ ਕਰਤਾ, ਕਲੋਜ਼ਰ ਰਿਪੋਰਟ ਆ ਗਈ, ਕੈਂਸਲੇਸ਼ਨ ਰਿਪੋਰਟ ਆ ਗਈ। ਕੈਪਟਨ ਅਮਰਿੰਦਰ ਸਿੰਘ ਵਿਜੀਲੈਂਸ ਤੋਂ ਬਰੀ ਹੋਏ ਆ, ਯਾਦ ਰੱਖਿਓ, ਅਦਾਲਤ ਤੋਂ ਨਹੀਂ, ਅਸੀਂ ਹਾਈਕੋਰਟ ਅਤੇ ਸੁਪਰੀਮ ਕੋਰਟ ਜਾਵਾਂਗੇ। ਜਿਵੇਂ ਲਾਲੂ ਪ੍ਰਸ਼ਾਦ ਯਾਦਵ ਚਾਰਾ ਘੁਟਾਲੇ ਦੇ ਵਿੱਚ ਕਾਲ ਕੋਠੀ ਦੇ ਵਿੱਚ ਚੱਕੀ ਪੀਂਦਾ ਨਾ, ਅਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਦਿਨ ਇਹ ਹਾਲ ਅਤੇ ਹਸ਼ਰ ਜ਼ਰੂਰ ਹੋਏਗਾ। ਜਿਨ੍ਹਾਂ ਲੋਕਾਂ ਨੇ ਚੋਪੜੀਆਂ ਖਾਧੀਆਂ ਉਹਨਾਂ ਦੇ ਢਿੱਡ 'ਚ ਪੀੜ ਜ਼ਰੂਰ ਹੋਏਗੀ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਉਹ ਸਜ਼ਾ ਜ਼ਰੂਰ ਭੁਗਤਣ। ਸੋ ਮੈਂ ਪਹਿਲਾਂ ਕਹਿ ਕੇ ਹਟਿਆ ਗਿਆ, ਮੈਂ ਤੁਹਾਨੂੰ ਇੱਕ ਉਹਨਾਂ ਦਾ ਦਿਖਾ ਕੇ ਹਟਿਆ, ਉਹਨਾਂ ਦੀ ਜਿਹੜੀ ਆ ਵੀਡੀਓ ਦੇ ਉੱਤੇ ਲੋਕ ਕਮੈਂਟਸ ਕੀ ਕਰਦੇ ਆ। ਮੈਂ ਤਾਂ ਨਹੀਂ ਕਮੈਂਟਸ ਕੀਤੇ, ਮੈਨੂੰ ਕਿਸੇ ਪੱਪੂ ਦੀ ਗੱਲ ਦਾ ਜਵਾਬ ਦੇਣ ਦੀ ਲੋੜ ਨਹੀਂ।
ਜਿਹੜਾ ਬੰਦਾ ਆਪਣੇ ਸਟੇਟ ਵਾਸਤੇ ਨਾ ਖੜ ਸਕਦਾ ਹੋਵੇ, ਲੋਕਾਂ ਵਾਸਤੇ ਨਾ ਖੜ ਸਕਦਾ ਹੋਵੇ, ਤੇ ਸਿਰਫ ਇਹ ਕਹਾਂ ਕਿ ਉਹ ਆਪਣੀ ਹਾਈ ਕਮਾਂਡ ਦੇ ਅੱਗੇ ਜੇ ਉਹ ਚਿੱਟੇ ਦਿਨ ਦੁਪਹਿਰ ਦੇ ਸਮੇਂ ਕਹਿ ਦੇਣ ਅੱਧੀ ਰਾਤ ਅਤੇ ਕਹਿ ਦੇਵੇ ਹਾਂਜੀ ਅੱਧੀ ਰਾਤ ਆ, ਮੈਂ ਨਹੀਂ ਕਹਿ ਰਿਹਾ, ਪੰਜਾਬ ਦੇ ਲੋਕ ਚੀਮਾ ਸਾਹਿਬ ਦੀਆਂ ਗੱਲਾਂ ਦਾ ਜਵਾਬ ਆ ਕਮੈਂਟਸ ਦੇ ਜ਼ਰੀਏ ਦੇ ਰਹੇ, ਇੱਕ ਕਮੈਂਟਸ ਨਹੀਂ ਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕਮੈਂਟਸ ਨੇ ਜਿਹੜੇ ਉਹਨਾਂ ਦੀ ਗੱਲ ਦਾ ਜਵਾਬ ਦਿੰਦੇ ਆ। ਸੋ ਮੈਨੂੰ ਕਿਸੇ ਗੱਲ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ। ਜਾਗਤੀ ਲੜਕੜੀਏ ਲੁਧਿਆਣਾ ਸੇ ਸੁੰਦਰ ਔੜਾ ਕੀ ਰਿਪੋਰਟ।